ਢੋਂਗੀ ਬਾਬਿਆਂ ਤੋਂ ਰਾਹ ਜਾਂਦੇ ਲੋਕਾਂ ਨੂੰ ਅਕਸਰ ਆਗਾਹ ਕੀਤਾ ਜਾਂਦਾ ਹੈ, ਪਰ ਹਾਲੇ ਵੀ ਇਹ ਬਾਬੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੀ ਠੱਗੀ ਦਾ ਸ਼ਿਕਾਰ ਬਣਾ ਰਹੇ ਨੇ। ਹੁਣੇ ਤਾਜ਼ਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਵਪਾਰੀ ਦੇ ਨਾਲ ਠੱਗੀ ਕੀਤੀ ਗਈ ਹੈ। ਰਾਹ ਜਾਂਦੇ ਬਾਬੇ ਦੇ ਵੱਲੋਂ ਪਤਾ ਪੁੱਛਣ ਦੇ ਬਹਾਨੇ ਪਹਿਲਾਂ ਵਪਾਰੀ ਨੂੰ ਰੋਕਿਆ ਜਾਂਦਾ ਹੈ ਤੇ ਫਿਰ ਇਸੇ ਹੀ ਬਾਬੇ ਦੇ ਨਾਲ ਰਲਿਆ ਹੋਇਆ ਇੱਕ ਜੋੜਾ ਜੋ ਕਿ ਇੱਕ ਵਿਅਕਤੀ ਤੇ ਇੱਕ ਔਰਤ ਬਾਈਕ ਤੇ ਆਉਂਦੇ ਨੇ ਅਤੇ ਉਸ ਵਪਾਰੀ ਦੇ ਸਾਹਮਣੇ ਹੀ ਬਾਬੇ ਦਾ ਗੁਣਗਾਨ ਕਰਨ ਲੱਗਦੇ ਨੇ, ਜਿਸ ਕਰਕੇ ਵਪਾਰੀ ਵੀ ਉਹਨਾਂ ਦੀਆਂ ਗੱਲਾਂ ਚ ਆ ਜਾਂਦਾ ਹੈ ਤੇ ਬਾਬੇ ਦੇ ਕਹਿਣ ਤੇ ਗਹਿਣੇ ਉਤਾਰ ਦਿੰਦਾ ਹੈ ਤੇ ਬੈਗ ਚ ਰੱਖੀ ਨਗਦੀ ਵੀ ਬਾਬੇ ਨੂੰ ਦੇ ਦਿੰਦਾ ਹੈ। ਬਾਬਾ ਉਸਦੇ ਬਦਲੇ ਇੱਕ ਪੋਟਲੀ ਦਿੰਦਾ ਹੈ ਤੇ ਫੂਕ ਮਾਰ ਕੇ ਦਿੰਦਾ ਹੈ ਤੇ ਕਹਿੰਦਾ ਹੈ ਘਰ ਜਾ ਕੇ ਇਸ ਪੋਟਲੀ ਨੂੰ ਖੋਲਣਾ ਹੈ। ਜਦੋਂ ਵਪਾਰੀ ਘਰ ਜਾ ਕੇ ਪੋਟਲੀ ਖੋਲਦਾ ਹੈ ਤਾਂ ਉਹਦੇ ਵਿੱਚ ਸਿਰਫ ਘਾਹ ਹੀ ਹੁੰਦਾ ਹੈ, ਜਿਸ ਕਰਕੇ ਉਸਦੇ ਹੋਸ਼ ਉੜ ਜਾਂਦੇ ਨੇ ਤੇ ਫਿਰ ਉਸਨੂੰ ਸਮਝ ਆਉਂਦਾ ਹੈ ਕਿ ਉਸਦੇ ਨਾਲ ਠੱਗੀ ਹੋਈ ਹੈ। ਵਪਾਰੀ ਦਾ ਕਹਿਣਾ ਹੈ ਕਿ ਉਸਨੂੰ ਗੱਲਾਂ ਦੇ ਵਿੱਚ ਉਲਝਾਉਣ ਦੇ ਲਈ ਹਿਪਨੋਟਾਈਜ਼ ਕੀਤਾ ਗਿਆ, ਜਿਸ ਕਰਕੇ ਉਹ ਬਾਬੇ ਦੀਆਂ ਗੱਲਾਂ ਚ ਆਇਆ ਅਤੇ ਉਸਨੇ ਬਾਬੇ ਦੇ ਕਹਿਣ ਤੇ ਗਹਿਣੇ ਵੀ ਦੇ ਦਿੱਤੇ ਤੇ ਨਗਦੀ ਵੀ ਦੇ ਦਿੱਤੀ। ਮਾਮਲਾ ਖੰਨਾ ਤੋਂ ਸਾਹਮਣੇ ਆਇਆ। ਖੰਨਾ ਦੇ ਵਿੱਚ ਹੀ ਇਹ ਠੱਗ ਬਾਬੇ ਦੇ ਵੱਲੋਂ ਰਾਹ ਜਾਂਦੇ ਵਪਾਰੀ ਨੂੰ ਪਹਿਲਾਂ ਤਾਂ ਰੋਕਿਆ ਜਾਂਦਾ ਹੈ। ਇਹ ਵਪਾਰੀ ਜਿਸਦਾ ਨਾਮ ਪ੍ਰਦੀਪ ਭਾਰਦਵਾਜ ਹੈ ਆਪਣੇ ਘਰ ਤੋਂ ਆਪਣੇ ਦਫ਼ਤਰ ਜਾਣ ਲਈ ਨਿਕਲਿਆ ਸੀ। ਜੋ ਗਹਿਣੇ ਇਸਨੇ ਪਾਏ ਹੋਏ ਸਨ ਤੇ ਬੈਗ ਦੇ ਵਿੱਚ ਨਗਦੀ ਸੀ ਉਹ ਵੀ ਬਾਬੇ ਵੱਲੋਂ ਲਵਾ ਲਈ ਜਾਂਦੀ ਹੈ। ਰਾਹ ਜਾਂਦੇ ਇਸ ਵਪਾਰੀ ਨੂੰ ਬਾਬਾ ਟੱਕਰਦਾ ਹੈ ਅਤੇ ਰਾਹ ਪੁੱਛਣ ਦੇ ਬਹਾਨੇ ਉਸਨੂੰ ਰੋਕਦਾ ਹੈ। ਜਿਵੇਂ ਹੀ ਵਪਾਰੀ ਉਸਦੇ ਲਾਗੇ ਰੁਕਦਾ ਆ ਤਾਂ ਕੋਲ ਹੀ ਬਾਈਕ ਸਵਾਰ ਇੱਕ ਵਿਅਕਤੀ ਤੇ ਇੱਕ ਔਰਤ ਆਉਂਦੇ ਨੇ, ਜੋ ਉਸ ਵਪਾਰੀ ਦੇ ਸਾਹਮਣੇ ਹੀ ਬਾਬੇ ਦੇ ਪੈਰੀ ਹੱਥ ਲਾਉਣ ਲੱਗ ਜਾਂਦੇ ਨੇ ਤੇ ਨਾਲ ਹੀ ਗੁਣਗਾਨ ਕਰਨ ਲੱਗ ਜਾਂਦੇ ਨੇ ਕਿ ਬਾਬਾ ਬਹੁਤ ਪਹੁੰਚਿਆ ਹੋਇਆ ਹੈ ਤੇ ਬੜੀ ਵੱਡੀ ਤਾਕਤ ਹੈ, ਜਿਸ ਕਰਕੇ ਵਪਾਰੀ ਵੀ ਉਹਨਾਂ ਦੀਆਂ ਗੱਲਾਂ 'ਚ ਆ ਜਾਂਦਾ ਹੈ ਤੇ ਫਿਰ ਸਿਰ ਢੱਕ ਕੇ ਉਹ ਵੀ ਬਾਬੇ ਦੀਆਂ ਗੱਲਾਂ ਸੁਣਨ ਲੱਗਦਾ ਹੈ। ਬਾਬਾ ਜਿਵੇਂ ਜਿਵੇਂ ਕਹਿੰਦਾ ਹੈ ਤੇ ਆਪਣੇ ਗਹਿਣੇ ਤੇ ਨਗਦੀ ਬਾਬੇ ਦੇ ਹਵਾਲੇ ਕਰ ਦਿੰਦਾ ਹੈ। ਬਦਲੇ ਵਿੱਚ ਬਾਬਾ ਇੱਕ ਪੋਟਲੀ ਦੇ ਵਿੱਚ ਕੁਝ ਬੰਨ ਕੇ ਇਸ ਵਪਾਰੀ ਨੂੰ ਦਿੰਦਾ ਹੈ ਤੇ ਬੋਲਦਾ ਹੈ ਕਿ ਘਰ ਜਾ ਕੇ ਸ਼ਾਮ ਵੇਲੇ ਇਸ ਪੋਟਲੀ ਨੂੰ ਖੋਲੇ। ਜਦੋਂ ਇਹ ਵਪਾਰੀ ਘਰ ਜਾ ਕੇ ਉਸ ਪੋਟਲੀ ਨੂੰ ਖੋਲਦਾ ਹੈ ਤਾਂ ਉਸਦੇ ਹੋਸ਼ ਉੜ ਜਾਂਦੇ ਨੇ, ਕਿਉਂਕਿ ਪੋਟਲੀ ਦੇ ਵਿੱਚ ਨਾ ਤਾਂ ਗਹਿਣੇ ਸਨ ਤੇ ਨਾ ਹੀ ਪੈਸੇ, ਬਲਕਿ ਉਹਦੇ ਵਿੱਚ ਸਿਰਫ ਘਾਹ ਸੀ, ਜਿਸ ਕਰਕੇ ਉਸਨੂੰ ਇਹ ਅਹਿਸਾਸ ਹੋਇਆ ਕਿ ਉਸਦੇ ਨਾਲ ਠੱਗੀ ਹੋਈ ਹੈ ਤੇ ਫਿਰ ਉਸਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾਂਦੀ ਹੈ। ਵਪਾਰੀ ਦਾ ਕਹਿਣਾ ਹੈ ਕਿ ਜਿਹੜੇ ਉਹਨੇ ਗਹਿਣੇ ਸੋਨੇ ਦੇ ਪਾਏ ਹੋਏ ਸਨ ਉਹ ਵੀ ਉਹ ਬਾਬਾ ਲੈ ਗਿਆ ਤੇ 10,000 ਉਸਦੇ ਕੋਲ ਨਗਦੀ ਸੀ ਜੋ ਉਸਨੇ ਬਾਬੇ ਨੂੰ ਦੇ ਦਿੱਤੀ ਤੇ ਬਦਲੇ ਦੇ ਵਿੱਚ ਉਸਨੂੰ ਸਿਰਫ ਘਾਹ ਮਿਲਿਆ। ਹੁਣ ਪੁਲਿਸ ਨੂੰ ਗੁਹਾਰ ਲਗਾਈ ਜਾ ਰਹੀ ਹੈ ਕਿ ਇਹਨਾਂ ਠੱਗਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਤੇ ਪੁਲਿਸ ਦੇ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਅਜਿਹੇ ਰਾਹ ਜਾਂਦੇ ਠੱਗ ਬਾਬਿਆਂ ਦੇ ਚਾਂਸੇ 'ਚ ਨਾ ਆਉਣ, ਬਲਕਿ ਸਾਵਧਾਨ ਰਹਿਣ। ਸਰ ਮੈਂ ਪਰਸੋਂ 14 ਤਰੀਕ ਨੂੰ ਜੀ 11:05 'ਤੇ ਆਪਣੇ ਘਰੋਂ ਆਪਣੀ ਗੱਡੀ ਤਰਫ, ਮੇਰੀ ਗੱਡੀ ਥੋੜ੍ਹੀ ਡਿਸਟੈਂਸ ਨਾਲ ਬਾਹਰ ਖੜ੍ਹਦੀ ਹੈ, ਆਪਣੇ ਦਫ਼ਤਰ ਮੰਡੀ ਗੋਬਿੰਦਗੜ੍ਹ ਮੇਰਾ ਬਿਜ਼ਨਸ ਹੈ ਜੀ, ਉਹਨਾਂ ਵਾਸਤੇ ਮੈਂ ਔਫਿਸ ਵਾਸਤੇ ਜਾ ਰਿਹਾ ਸੀ ਅਤੇ ਥੋੜ੍ਹੀ ਦੂਰ 'ਤੇ ਇੱਕ ਬਾਬਾ ਜੀ, ਮਤਲਬ ਉਹਨਾਂ ਦੇ ਭਰਮੇ ਦੇ ਕੱਪੜੇ, ਮਤਲਬ ਕੇਸੀ ਕਲਰ ਦੀ ਕੋਲ ਮਤਲਬ ਲਾਈਨ ਵਾਲੀ ਪੱਗ ਬੰਨੀ ਹੋਈ ਸੀਗੀ ਅਤੇ ਕਰੀਮ ਕਲਰ ਦਾ ਕੁੜਤਾ ਪਾਇਆ ਸੀ ਅਤੇ ਵਾਈਟ ਪਜਾਮਾ ਪਾਇਆ ਸੀ। ਉਹ ਮੇਰੇ ਤੋਂ ਨਾ ਗੁਰਦੁਆਰਾ ਸਾਹਿਬ ਦਾ ਰਸਤਾ ਪੁੱਛਦੇ ਅਤੇ ਮੈਂ ਉਹਨਾਂ ਨੂੰ ਕਿਹਾ ਜੀ ਤੁਸੀਂ, ਉਹ ਕਹਿੰਦੇ ਜੀ ਮੈਂ ਅੰਮ੍ਰਿਤਸਰ ਤੋਂ ਆਇਆ ਵੀ ਇੱਥੇ ਮੇਰੀ ਸੇਵਾ ਲੱਗੀ ਆ। ਮੈਂ ਜੀ ਗੁਰਦੁਆਰਾ ਨਰੋਤਮ ਨਗਰ ਅੱਗੇ ਜਾ ਕੇ ਉਹ ਮਤਲਬ ਹੈਗਾ, ਮਸਾਂ ਨਿਕਲ ਕੇ ਮੈਂ ਅੱਗੇ ਚੱਲਿਆ, ਉਹ ਮੈਨੂੰ ਨਹੀਂ ਸੀ ਪਤਾ ਅੱਗੇ ਇੱਕ ਲੇਡੀਜ਼ ਔਰ ਜੈਂਟਸ ਮੋਟਰਸਾਈਕਲ 'ਤੇ ਖੜ੍ਹੇ ਸੀ। ਜਦੋਂ ਮੈਂ ਆਪਣੀ ਗੱਡੀ ਦਾ ਦਰਵਾਜ਼ਾ ਖੋਲ੍ਹਣ ਲੱਗਿਆ ਉਹ ਮੇਰੇ ਪਾਸ ਆ ਗਏ, ਕਹਿੰਦੇ ਜੀ ਤੁਸੀਂ ਬਾਬਾ ਜੀ ਨੂੰ ਜਾਣਦੇ ਹੋ? ਮੈਂ ਜੀ ਮੈਂ ਨਹੀਂ ਜਾਣਦਾ, ਵੀ ਇਹ ਤਾਂ ਮੈਥੋਂ ਰਸਤਾ ਪੁੱਛ ਰਹੇ ਸੀਗੇ। ਕਹਿੰਦੇ ਅੱਛਾ, ਤਾਂ ਬਹੁਤ ਬਾਬਾ ਜੀ ਪਹੁੰਚੇ ਹੋਏ ਕਰਨੀ ਵਾਲੇ ਹੈ ਅਤੇ ਵੀ ਸਾਡੇ ਤਾਂ ਇਹਨਾਂ ਨੇ ਬਾਰੇ ਨਿਆਰੇ ਕਰਤੇ, ਸਾਨੂੰ ਇਹ ਬਿਆਸ ਡੇਰੇ 'ਚ ਮਿਲੇ ਸੀ, ਇਹਨਾਂ ਨੇ ਸਾਨੂੰ ਇੰਨੀ ਕਿਰਪਾ ਕੀਤੀ, ਸਾਨੂੰ ਕੋਈ ਚੀਜ਼ ਦਿੱਤੀ ਸੀਗੀ, ਉਦੋਂ ਬਾਅਦ ਸਾਡੇ ਕੋਲ ਬੜੀ ਪ੍ਰੋਪਰਟੀ ਆ ਗਈ,
ਇੱਦਾਂ ਮੇਰੇ ਨਾਲ ਦੋ ਤਿੰਨ ਮਿੰਟ ਤਿੰਨ ਚਾਰ ਮਿੰਟ ਗੱਲ ਕਰਦੇ ਰਹੇ। ਮੈਂ ਠੀਕ ਹੈ ਜੀ, ਬਾਬਾ ਜੀ ਗਏ ਨੇ, ਉੱਧਰ ਨੂੰ ਗਏ ਨੇ, ਤੁਸੀਂ ਜਾ ਕੇ ਮਿਲ ਲਓ। ਅਤੇ ਉਹ ਉਹਨੇ ਨੂੰ ਬਾਬਾ ਜੀ ਬਾਬਾ ਤੋਂ ਕਹਿੰਦੇ ਜੀ ਆ ਗਏ ਬਾਬਾ ਜੀ, ਉਹ ਆ ਗਏ। ਅਤੇ ਉਹਨਾਂ ਨੇ ਆਪਣੇ ਮੋਟਰਸਾਈਕਲ ਤੋਂ ਉੱਤਰ ਕੇ, ਆਪਣੇ ਜੈਂਟਸ ਨੇ ਵੀ ਉਹ ਲੇਡੀ ਨੇ ਬਾਬਾ ਜੀ ਦੇ ਪੈਰੀ ਹੱਥ ਲਾਇਆ। ਅਤੇ ਪੈਰੀ ਹੱਥ ਲਾਉਣ ਤੋਂ ਬਾਅਦ ਬਾਬਾ ਜੀ ਨੂੰ ਕਹਿੰਦੇ ਵੀ ਤੁਹਾਡੇ ਕੋਲ ਇੱਕ ਕੱਪੜਾ ਹੁੰਦਾ ਜੀ, ਉਹ ਮੈਨੂੰ ਦੇ ਦਿਉ, ਵੀ ਮੈਂ ਉਹ ਤੁਸੀਂ ਕਹੋ ਤੁਹਾਡੇ ਨੇ ਬਹੁਤ ਸਾਡੇ 'ਤੇ ਬੜੀ ਕਿਰਪਾ ਕੀਤੀ ਹੈ, ਅਤੇ ਵੀ ਸਾਡਾ ਕੰਮ ਬਹੁਤ ਵਧੀਆ ਹੋ ਗਿਆ, ਇੱਦਾਂ ਹੀ ਸਾਡੇ 'ਤੇ ਆਸ਼ੀਰਵਾਦ ਬਣਾ ਕੇ ਰੱਖਿਓ। ਇੱਦਾਂ ਦੀਆਂ ਗੱਲਾਂ ਕਰਦੇ ਕਰਦੇ ਜੀ ਉਹਨਾਂ ਨੇ ਬਾਬਾ ਜੀ ਨੇ ਕੀ ਕੀਤਾ, ਦੋ ਅਖਬਾਰ ਦੇ ਟੁਕੜੇ ਕੱਢੇ, ਇੱਕ ਉਹ ਲੇਡੀ ਦੇ ਤਾ, ਇੱਕ ਮੈਨੂੰ ਫੜਾ ਤਾ। ਅਤੇ ਉਹ ਲੇਡੀ ਨੂੰ ਕਿਹਾ ਵੀ ਆਪਣਾ ਬੀਬੀ ਆਪਣਾ ਸਿਰ ਢੱਕ, ਚੁੰਨੀ ਉੱਪਰ ਲੈ। ਅਤੇ ਮੈਨੂੰ ਕਹਿੰਦੇ ਬਾਊ ਜੀ ਤੁਸੀਂ ਆਪਣਾ ਨਾ ਸਿਰ 'ਤੇ ਰੁਮਾਲ ਬੰਨੋ। ਅਤੇ ਮੈਨੂੰ ਨਹੀਂ ਪਤਾ, ਮਤਲਬ ਮੈਂ ਰੁਮਾਲ ਵੀ ਕੱਢ ਕੇ ਬੰਨ ਲਿਆ। ਅਤੇ ਉਹਨਾਂ ਨੇ ਕਿਹਾ ਆਪਣਾ ਲੇਡੀ ਨੂੰ ਵੀ ਜੋ ਮਤਲਬ ਆਪਣੀ ਅੰਗੂਠੀਆਂ ਸੋਨੇ ਦੀਆਂ ਅਤੇ ਆਪਣੇ ਜੋ ਤੇਰੇ ਕੋਲ ਕੈਸ਼ ਆ ਤੂੰ ਇੱਧਰ ਰੱਖ ਦੇ, ਇਸ ਤਰ੍ਹਾਂ ਹੀ ਮੈਨੂੰ ਕਿਹਾ। ਅਤੇ ਮੈਂ ਉਹਨੂੰ ਦੇਖਦੇ ਜਿਵੇਂ ਲੇਡੀ ਕਰ ਰਹੇ ਸੀ ਉੱਦਾਂ ਹੀ ਕਰ ਲਿਆ, ਮੈਨੂੰ ਕੁਛ ਨਹੀਂ ਪਤਾ ਲੱਗਿਆ ਵੀ ਕੀ ਹੈ। ਉਹ ਤੋਂ ਬਾਅਦ ਮੇਰੇ ਆਪਣੇ ਦੋ ਰਿੰਗ ਅਤੇ ਇੱਕ ਬਰੈਸਲੇਟ, ਬਰੈਸਲੇਟ ਰਿੰਗ ਮੈਂ ਆਪ ਹੀ ਖੋਲ੍ਹ ਕੇ ਦਿੱਤੀਆਂ, ਅਤੇ ਬਰੈਸਲੇਟ ਉਹਨਾਂ ਬਾਬਾ ਜੀ ਨੇ ਆਪ ਮੇਰੇ ਬਾਂਹ 'ਚੋਂ ਮਤਲਬ ਖੋਲ੍ਹਿਆ ਜੀ, ਅਤੇ ਉਹ ਉਹਦੇ ਵਿੱਚ ਰੱਖ ਕੇ। ਉਹ ਤੋਂ ਬਾਅਦ ਕਹਿੰਦੇ ਉਹ ਲੇਡੀ ਨੇ 20,000 ਰੁਪਇਆ ਰੱਖਿਆ, ਮੈਨੂੰ ਕਹਿੰਦੇ ਕੈਸ਼। ਮੈਂ ਜੀ ਕੈਸ਼ ਤਾਂ ਮੇਰੇ ਕੋਲ 10,000 ਰੁਪਇਆ, ਮੈਨੂੰ ਨਹੀਂ ਸਮਝ ਆ ਰਹੀ ਸੀ ਕੀ ਕਰ ਰਹੇ ਨੇ ਉਹ ਕੀ ਕਰ ਰਹੇ ਨੇ। ਅਤੇ ਮੈਂ ਉਹ 10,000 ਆਪਣੇ ਪਰਸ 'ਚੋਂ ਕੱਢ ਕੇ ਉਹ ਵੀ ਦੇ ਤਾ ਉਹਨਾਂ ਨੇ। ਉਹ ਤੋਂ ਬਾਅਦ ਬਾਬਾ ਜੀ ਨੇ ਉਹਦਾ ਸਮਾਨ ਉਹਨੂੰ ਮੋੜਤਾ। ਇਹ ਬਾਬਾ ਜੀ ਦੇ ਕੋਲ ਇੱਕ ਨਾ ਪਰਨੇ ਟਾਈਪ ਚਿੱਟਾ ਜਿਹਾ ਕੱਪੜਾ ਸੀ, ਉਹ ਕੱਪੜੇ ਦੇ ਥੱਲੇ ਥੋੜ੍ਹਾ ਜਿਹਾ 1 ਸੈਕਿੰਡ 1 ਮਿੰਟ ਜਾਂ ਘੁਮਾ ਕੇ ਨਾਲ ਦੀ ਨਾਲ ਦੇ ਦਿੰਦੇ ਸੀ। ਉੱਦਾਂ ਹੀ ਸਮਾਨ ਉਹਨਾਂ ਨੇ ਮੈਨੂੰ ਦੇ ਤਾ, ਅਤੇ ਮੈਨੂੰ ਕਹਿੰਦੇ ਇਹਨੂੰ ਆਪਣੇ ਬੈਗ ਦੇ ਵਿੱਚ ਰੱਖ ਲਓ। ਅਤੇ ਮੈਂ ਗੱਡੀ 'ਚੋਂ ਬੈਗ ਐਕਚੁਲੀ ਬਾਬੇ ਨੇ ਕਹਿੰਦਾ ਤੇਰੇ ਅੰਦਰ ਪਿਆ ਬੈਗ, ਗੱਡੀ ਦੇ ਵਿੱਚ ਬੈਗ ਰੱਖਤਾ ਸੀਗਾ ਮੈਂ ਆਪਣਾ, ਜਿਸ ਮੇਰੇ ਬਿਜ਼ਨਸ ਦੇ ਕਾਗਜ਼ ਪੱਤਰ ਹੁੰਦੇ ਸੀ। ਉਹ ਖੋਲ੍ਹ ਕੇ ਉਹ ਪੋਰਟਲੀ ਆਪਣਾ ਇਹਨਾਂ ਨੇ ਆਪਣੀ ਜੇਬ 'ਚੋਂ ਇੱਕ ਰੁਮਾਲ ਕੱਢਿਆ ਵਾਈਟ ਕਲਰ ਦਾ, ਉਹਦੇ ਵਿੱਚ ਅਖਬਾਰ ਦਾ ਟੁਕੜਾ ਜੋ ਸਮਾਨ ਇਕੱਠਾ ਕੀਤਾ ਪਾ ਕੇ 3 ਗੱਠਾਂ ਮਾਰਤੀਆਂ ਜੀ। ਗੱਠਾਂ ਮਾਰ ਕੇ ਉਹ ਪਰਨੇ ਦੇ ਥੱਲੇ ਜੀ ਘੁਮਾ ਕੇ ਉਹ ਮੈਨੂੰ ਦੇ ਤਾ। ਜਦੋਂ ਮੈਂ ਮੰਡੀ ਗੋਬਿੰਦਗੜ੍ਹ ਗਿਆ ਪਲਸਟਾਈਨ ਤੋਂ ਅੱਗੇ ਜਿਹੜਾ ਮੌਲ ਆ ਰਿਹਾ ਰਸਤੇ 'ਚ, ਉਦੋਂ ਬਾਅਦ ਮੈਂ ਦੇਖਿਆ ਮੇਰੇ ਰੁਮਾਲ ਵੀ ਉੱਦਾਂ ਹੀ ਲਿਆ ਹੋਇਆ ਸੀਗਾ, ਅਤੇ ਜਿਹੜਾ ਮੇਰਾ ਆਪਣਾ ਰੁਮਾਲ ਸੀ ਜਿਹੜਾ ਬਾਬੇ ਨੇ ਬਣਾਇਆ ਸੀਗਾ ਬਾਬੇ ਨੇ। ਅਤੇ ਉਹ ਜਦੋਂ ਮੈਂ ਆਪਣਾ ਦੇਖਿਆ ਵੀ ਇਹ ਮਤਲਬ ਹੋਇਆ ਕੀ ਸੀ, ਕੌਣ ਮਿਲਿਆ ਸੀ ਮੈਨੂੰ ਬਾਬਾ ਜੀ, ਚਲੋ ਮੈਂ ਆਪਣੇ ਔਫਿਸ ਪਹੁੰਚ ਗਿਆ ਜੋਤ ਬੱਤੀ ਕਰਕੇ, ਤਾਂ ਦੇਖਿਆ ਬਾਬੇ ਨੇ ਮੈਨੂੰ ਕਿਹਾ ਸੀ ਵੀ ਸ਼ਾਮ ਨੂੰ 5 ਵਜੇ ਖੋਲ੍ਹਣਾ। ਮੇਰੇ ਸਾਰੀ ਗੱਲ ਯਾਦ ਆਈ, ਅਤੇ ਮੈਂ ਕਿਹਾ ਵੀ ਬਾਬੇ ਨੇ ਕਿਹਾ, ਮੈਂ ਉਹੀ ਆਪਣਾ ਬੈਗ ਕੱਢਿਆ, ਬੈਗ 'ਚੋਂ ਖੋਲ੍ਹ ਕੇ ਦੇਖਿਆ, ਉਹ ਪੋਰਟਲੀ ਖੋਲ੍ਹੀ, 3 ਗੱਠਾਂ ਖੋਲ੍ਹੀਆਂ, ਅਤੇ ਉਹਦੇ ਵਿੱਚ ਦੇਖਿਆ ਉਹ ਕਾਫੂਸ ਸੀਗਾ ਸਾਰਾ ਹੀ। ਆਹ ਇਹਨਾਂ ਮੇਰੇ ਨਾਲ ਹੋਈ, ਕੰਪਲੇਂਟ ਮੈਂ ਲਿਖਾ ਦਿੱਤੀ ਹਾਂ ਸਰ, FIR ਨੰਬਰ ਸਪੈਸ਼ਲ 240 ਆਪਣਾ CT1 ਖੰਨਾ ਮਤਲਬ ਕੰਪਲੇਂਟ ਕਰਾ ਦਿੱਤੀ, ਲਿਖਾ ਦਿੱਤੀ ਹੈ। ਬਾਕੀ ਪਬਲਿਕ ਇਹ ਕਹਿੰਦਾ ਵੀ ਇਹੋ ਜਿਹੇ ਚੋਰ ਠੱਗ ਹੈ ਜਿਹੜਾ, ਇਹਨਾਂ ਤੋਂ ਬਚ ਕੇ ਰਹੋ ਵੀ ਜਿੱਥੇ ਵੀ ਹੈ, ਕਿਉਂਕਿ ਇਹਨਾਂ ਦਾ ਆਪਣੇ ਓਮਕਾਰ ਭਾਈ ਸਾਹਿਬ ਨੇ ਆਪਣੇ ਚੈਨਲ ਦੇ ਨਾਲ ਬੜੇ ਉਹਨਾਂ ਵਧੀਆ ਉਹਨਾਂ ਦਾ ਮਤਲਬ ਫੋਟੋਆਂ ਵੀ ਹੈਗੀਆਂ, ਅਤੇ ਉਹ ਕਰਕੇ ਉਦੋਂ ਕਲੀਅਰ ਹੋ ਰਿਹਾ ਵੀ ਇਹ ਜੋ ਚਾਰ ਹੈ ਜਿੱਥੇ ਵੀ ਮਿਲਦੇ ਨੇ ਇਹਨਾਂ ਨੂੰ, ਇਹ ਠੱਗਾਂ ਨੂੰ ਫੜਿਆ ਜਾਵੇ। ਅਤੇ ਪੁਲਿਸ ਨੂੰ ਵੀ ਮੇਰੀ ਰਿਕੁਐਸਟ ਹੈ, ਅਤੇ ਮੀਡੀਆ ਦਾ ਬਹੁਤ ਧੰਨਵਾਦ ਕਰਦਾ ਕਿ ਮੀਡੀਆ ਬਹੁਤ ਵਧੀਆ ਤਰੀਕੇ ਨਾਲ ਇਹਨੂੰ ਕੈਚ ਕਰਕੇ ਪਬਲਿਕ ਅੰਦਰ ਲੈ ਕੇ ਆ ਰਹੀ ਹੈ, ਸਾਰਾ ਦਿਖਾ ਰਹੀ ਹੈ। ਅਤੇ ਇਹੋ ਜਿਹੇ ਬੰਦਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ, ਤਾਂ ਕਿ ਕਿਸੇ ਨੂੰ ਵੀ ਇੱਦਾਂ ਨਾ ਕਿਸੇ ਨੂੰ ਲੁੱਟਣ, ਅਤੇ ਇਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਤਾਂ ਕਿ ਮੇਰਾ ਹੱਥ ਜੋੜ ਕੇ ਸਭ ਪਬਲਿਕ ਨੂੰ ਇਹੀ ਨਿਵੇਦਨ ਹੈ ਵੀ ਇਸ ਬੰਦਿਆਂ ਨੂੰ ਮਤ ਕਿਤੇ ਵੀ ਹੈ ਇਹਨਾਂ ਨੂੰ ਫੜਿਆ ਜਾਵੇ। ਅਤੇ ਪੁਲਿਸ ਨੂੰ ਵੀ ਇਹੀ ਰਿਕੁਐਸਟ ਹੈ, ਮੀਡੀਆ ਤਾਂ ਬਹੁਤ ਹੀ ਵਧੀਆ ਆਪਣਾ ਰੋਲ ਅਦਾ ਕਰ ਰਹੀ ਹੈ,
ਤੇ ਇਸ ਬੰਦਿਆਂ ਨੂੰ ਇਹਨਾਂ 'ਤੇ ਨੱਥ ਪਈ ਜਾਵੇ, ਇਹਨਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗੇ ਤੋਂ ਇਹ ਕਿਸੇ ਵੀ ਪਬਲਿਕ ਨੂੰ ਪਰੇਸ਼ਾਨ ਨਾ ਕਰ, ਕਿਸੇ ਨੂੰ ਲੁੱਟਣ ਨਾ। ਮੈਂ ਇਹੀ ਹੱਥ ਜੋੜ ਕੇ ਸਭ ਨੂੰ ਬੇਨਤੀ ਕਰਦਾ।